ਉਲਟੀ ਹੈ ਵੀ ਬੰਦਾ ਮਰਦਾ ਹੈ ਨਾ, ਬੰਦੇ ਦੇ ਮਰਨ ਤੋਂ ਬਾਅਦ ਇਹ ਗੱਲਾਂ ਆਖੀਆਂ ਜਾਂਦੀਆਂ ਨੇ, ਰੱਬ ਜੀ ਇਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਦਿਓ। ਕਿਉਂ ਜੀ ਕਿਹਾ ਜਾਂਦਾ ਨਾ, ਰੱਬ ਜੀ ਇਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਦਿਓ, ਰੱਬ ਜੀ ਇਹਦਾ ਆਵਾਗਮਨ ਕੱਟ ਦਿਓ। ਹੁਣ ਬੜੀ ਕਮਾਲ ਦੀ ਗੱਲ ਹੈ ਵੀ ਗੁਰੂ ਗ੍ਰੰਥ ਸਾਹਿਬ ਕੁਝ ਹੋਰ ਕਹਿ ਰਹੇ ਨੇ, ਇੱਥੇ ਅਸੀਂ ਅਰਦਾਸਾਂ ਕੁਝ ਹੋਰ ਕਰੀ ਜਾਂਦੇ ਹਾਂ। ਅੱਛਾ ਮੈਂ ਤੁਹਾਨੂੰ ਪੁੱਛਦਾ ਵੀ ਰੱਬ ਦਾ ਕੋਈ ਸਾਡੇ ਵਰਗਾ ਸਰੀਰ ਹੈ ਜਾਂ ਰੱਬ ਕਿਤੇ ਉੱਤੇ ਆਸਮਾਨ ਦੇ ਵਿੱਚ ਬੈਠਾ? ਵੀ ਅਸੀਂ ਕਹਿ ਰਹੇ ਹਾਂ ਵੀ ਰੱਬ ਜੀ ਆਹ ਜਿਹੜਾ ਚੜ੍ਹਾਈ ਕਰ ਗਿਆ ਨਾ, ਇਹਨੂੰ ਨਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਦਿਓ। ਹੁਣ ਗੁਰਬਾਣੀ ਕਹਿੰਦੀ ਹੈ ਰੂਪ ਨਾ ਰੇਖ ਨਾ ਰੰਗ ਕਿਛ, ਵੀ ਰੱਬ ਦਾ ਕੋਈ ਰੂਪ ਨਹੀਂ ਹੈ, ਜਿਵੇਂ ਦਾ ਸਾਡਾ ਰੂਪ ਹੈ ਰੱਬ ਦਾ ਕੋਈ ਰੂਪ ਨਹੀਂ, ਜਿਵੇਂ ਦਾ ਸਾਡਾ ਰੰਗ ਹੈ ਰੱਬ ਦਾ ਕੋਈ ਰੰਗ ਨਹੀਂ ਹੈ, ਜਿਵੇਂ ਸਾਡੀ ਇੱਕ ਬੋਡੀ ਦੀ ਸ਼ੇਪ ਹੈ ਰੱਬ ਦੀ ਕੋਈ ਬੋਡੀ ਹੈ ਹੀ ਨਹੀਂ, ਉਹਦੀ ਕੋਈ ਸ਼ੇਪ ਨਹੀਂ ਹੈ ਕਿਉਂਕਿ ਉਹ ਅਜੂਨੀ ਹੈ, ਉਹ ਕਿਸੇ ਵੀ ਜੂਨ ਦੇ ਵਿੱਚ ਨਹੀਂ ਆਉਂਦਾ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੇ ਗੁਣ ਤੇ ਪ੍ਰਭ ਭਿੰਨ, ਰੱਬ ਇਹਨਾਂ ਤਿੰਨਾਂ ਚੀਜ਼ਾਂ ਤੋਂ ਬਾਹਰ ਹੈ, ਉਹ ਇਹਨਾਂ ਦੇ ਵਿੱਚ ਆਉਂਦਾ ਹੀ ਨਹੀਂ ਹੈ। ਹੁਣ ਜੇ ਰੱਬ ਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਆਕਾਰ ਨਹੀਂ, ਤਾਂ ਮੈਨੂੰ ਇਹ ਦੱਸੋ ਰੱਬ ਦੇ ਚਰਨ ਕਿੱਥੋਂ ਆਏ? ਫਿਰ ਰੱਬ ਦੇ ਚਰਨ ਕਿੱਥੋਂ ਆਏ ਜਿਹਦੇ ਬਾਰੇ 'ਚ ਅਸੀਂ ਕਹਿ ਰਹੇ ਹਾਂ ਵੀ ਰੱਬ ਜੀ ਮਰਨ ਤੋਂ ਬਾਅਦ ਨਾ ਇਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਦਿਓ? ਇਹਦਾ ਮਤਲਬ ਵੀ ਅਸੀਂ ਆਪਣੇ ਦਿਮਾਗ ਦੇ ਅੰਦਰ ਇੱਕ ਇਹੋ ਜਿਹਾ ਰੱਬ ਬਿਠਾ ਲਿਆ ਹੋਇਆ ਵੀ ਜਿਹੜਾ ਅਸਮਾਨ 'ਤੇ ਬੈਠਾ, ਚੌਂਕੜੀ ਉਹਨੇ ਲਾਈ ਹੋਈ ਹੈ, ਅਸੀਂ ਇੱਧਰੋਂ ਅਰਦਾਸ ਕਰਨੀ ਅਤੇ ਬੰਦੇ ਨੇ ਰੱਬ ਦੇ ਚਰਨਾਂ ਦੇ ਵਿੱਚ ਜਾ ਕੇ ਬਹਿ ਜਾਣਾ। ਇਹ ਸਾਡਾ ਤਿਆਰ ਕੀਤਾ ਹੋਇਆ ਰੱਬ ਹੈ, ਗੁਰੂ ਗ੍ਰੰਥ ਸਾਹਿਬ ਦਾ ਰੱਬ ਇਹੋ ਜਿਹਾ ਨਹੀਂ ਹੈ। ਅੱਛਾ ਮੈਂ ਇਸ ਗੱਲ ਤੋਂ ਮਨਾਹੀ ਵੀ ਨਹੀਂ ਕਰਦਾ ਵੀ ਰੱਬ ਦੇ ਚਰਨਾਂ 'ਚ ਨਿਵਾਸ ਨਹੀਂ ਲੈਣਾ, ਲੈਣਾ ਚਾਹੀਦਾ ਰੱਬ ਦੇ ਚਰਨਾਂ 'ਚ ਨਿਵਾਸ, ਪਰ ਪਤਾ ਕਦੋਂ? ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ, ਜਿਉਂਦੇ ਜੀ ਰੱਬ ਦੇ ਚਰਨਾਂ 'ਚ ਨਿਵਾਸ ਲਓ, ਪਰ ਜਿਉਂਦੇ ਜੀ ਬੰਦਾ ਲੈਣ ਵਾਸਤੇ ਤਿਆਰ ਨਹੀਂ। ਹੁਣ ਅੱਛਾ ਜਿਉਂਦੇ ਜੀ ਕਿਵੇਂ ਲਵਾਂਗੇ ਰੱਬ ਦੇ ਚਰਨਾਂ 'ਚ ਨਿਵਾਸ? ਪਹਿਲਾਂ ਤਾਂ ਚਰਨ ਪੁੱਛਣਾ ਪਏਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਚਰਨ ਕਿਹਨੂੰ ਕਹਿੰਦੇ ਹੋ? ਤਾਂ ਬਾਣੀ ਦਾ ਵਾਕ ਹੈ, ਪਾਤਸ਼ਾਹ ਨੇ ਆਖਿਆ ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਰੱਬ ਦੇ ਗੁਰੂ ਦੇ ਚਰਨ ਪਤਾ ਕਿਹੜੇ ਹੁੰਦੇ ਨੇ? ਇਹ ਗੁਰੂ ਦਾ ਸ਼ਬਦ ਜਿਹੜਾ ਹੈ ਨਾ, ਇਹ ਗੁਰੂ ਦਾ ਗਿਆਨ ਜਿਹੜਾ ਹੈ, ਇਹੀ ਰੱਬ ਦੇ ਚਰਨ ਨੇ। ਆ ਪੰਕਤੀ ਪੜ੍ਹੋ, ਹਿਰਦੈ ਚਰਨ, ਹਿਰਦੇ ਵਿੱਚ ਚਰਨ ਵਸਾਉਣੇ ਨੇ, ਪਰ ਉਹ ਚਰਨ ਕਿਹੜੇ ਨੇ? ਸ਼ਬਦ ਸਤਿਗੁਰ ਕੋ। ਵੀ ਸਤਿਗੁਰੂ ਦਾ ਸ਼ਬਦ, ਸਤਿਗੁਰੂ ਦਾ ਗਿਆਨ ਹੀ ਅਸਲ ਦੇ ਵਿੱਚ ਚਰਨ ਨੇ। ਨਾਨਕ ਬੰਧ ਉਹ ਪਾਲ, ਨਾਨਕ ਜੀ ਕਹਿੰਦੇ ਉਹ ਭਲਿਆ ਇਸ ਗੱਲ ਨੂੰ ਤੂੰ ਆਪਣੇ ਪੱਲੇ ਬੰਨ ਲੈ, ਕਿਤੇ ਭੁਲਾ ਨਾ ਬੈਠੀ, ਇਸ ਗੱਲ ਨੂੰ ਆਪਣੇ ਪੱਲੇ ਬੰਨ ਲੈ, ਇਹ ਤੈਨੂੰ ਵਿਸਰ ਨਾ ਜਾਵੇ ਕਿਤੇ ਇਹ ਗੱਲ, ਕਿਉਂਕਿ ਬੜੀ ਇੰਪੋਰਟੈਂਟ ਗੱਲ ਹੈ। ਜੇ ਤੂੰ ਇਹਨਾਂ ਚਰਨਾਂ ਨੂੰ ਨਹੀਂ ਨਾ ਸਮਝਿਆ, ਫਿਰ ਤੂੰ ਮਰਨ ਤੋਂ ਬਾਅਦ ਰੱਬ ਦੇ ਚਰਨ ਲੱਭੀ ਜਾਏਗਾ, ਫਿਰ ਤੂੰ ਬਾਬਿਆਂ ਦੇ ਚਰਨ ਲੱਭੀ ਜਾਏਗਾ। ਪਰ ਅਸਲ ਚਰਨ ਕੀ ਹੈ? ਇਹ ਗੁਰੂ ਦਾ ਸ਼ਬਦ ਜਿਹੜਾ, ਇਹ ਗੁਰੂ ਦਾ ਗਿਆਨ ਜਿਹੜਾ ਹੈ, ਇਹ ਰੱਬੀ ਗਿਆਨ ਜਿਹੜਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨਵੇਂ ਲਾ ਲਓ, ਇਹ ਜਿਹੜਾ ਗਿਆਨ ਹੈ ਨਾ, ਇਹ ਅਸਲ ਦੇ ਵਿੱਚ ਚਰਨ ਹੈ। ਅਤੇ ਤੂੰ ਇਹਨਾਂ ਚਰਨਾਂ ਦੇ ਵਿੱਚ ਨਿਵਾਸ ਲੈ। ਚਰਨਾਂ ਦੇ ਵਿੱਚ ਨਿਵਾਸ ਲੈਣ ਦਾ ਮਤਲਬ ਕੀ ਨਿਕਲਿਆ? ਭਾਵ ਗੁਰੂ ਦੇ ਗਿਆਨ ਨਾਲ ਸਾਂਝ ਪਾ ਲੈ। ਗੱਲ ਕਲੀਅਰ ਹੋਈ ਜੀ? ਰੱਬ ਦੇ ਚਰਨਾਂ ਵਿੱਚ ਨਿਵਾਸ ਲੈਣ ਦਾ ਮਤਲਬ ਕੀ ਹੈ? ਗੁਰੂ ਦੇ ਚਰਨਾਂ ਵਿੱਚ ਨਿਵਾਸ ਲੈਣ ਦਾ ਮਤਲਬ ਕੀ ਹੈ? ਚਰਨ ਕੀ ਹੈ? ਸ਼ਬਦ ਗਿਆਨ। ਇਸ ਗਿਆਨ ਦੇ ਨਾਲ ਤੂੰ ਸਾਂਝ ਪਾ ਲੈ, ਇਸ ਸ਼ਬਦ ਦੇ ਨਾਲ ਤੂੰ ਸਾਂਝ ਪਾ ਲੈ, ਸਮਝ ਲਈ ਰੱਬ ਦੇ ਚਰਨਾਂ ਦੇ ਵਿੱਚ ਨਿਵਾਸ। ਬੋਲੋ ਜੀ, ਲੈ ਲਿਆ ਕਿ ਨਹੀਂ?
ਲੈ ਲਿਆ, ਜਿਉਂਦੇ ਜੀ ਹੋ ਗਿਆ ਨਿਵਾਸ ਰੱਬ ਦੇ ਚਰਨਾਂ ਦੇ ਵਿੱਚ, ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ। ਹੁਣ ਵਾਪਰਦਾ ਪਤਾ ਕੀ ਹੈ, ਜਿਉਂਦੇ ਜੀ ਤਾਂ ਲੈਣਾ ਨਹੀਂ ਚਰਨਾਂ 'ਚ ਨਿਵਾਸ, ਜਿਉਂਦੇ ਜੀ ਤਾਂ ਰੱਬੀ ਗਿਆਨ ਦੇ ਨਾਲ ਜੁੜਨਾ ਨਹੀਂ, ਗੁਰੂ ਨਾਲ ਜੁੜਨਾ ਨਹੀਂ, ਰੱਬ ਨਾਲ ਜੁੜਨਾ ਨਹੀਂ। ਤਾਂ ਬੰਦਾ ਕਹਿੰਦਾ ਲੈ ਚਲੋ ਜਦੋਂ ਮਰ ਜਾਵਾਂਗੇ ਨਾ ਭਾਈ ਸਾਹਿਬ ਨੂੰ ਦੇਵਾਂਗੇ 500 ਦਾ ਨੋਟ ਅਤੇ ਅਰਦਾਸ ਕਰਨਗੇ, ਫਿਰ ਹੋ ਜੂਗਾ ਚਰਨਾਂ 'ਚ ਨਿਵਾਸ। ਇੱਦਾਂ ਨਹੀਂ ਹੋਣਾ, ਅਸੀਂ ਤਾਂ ਰਿਸ਼ਵਤਾਂ ਦੇ ਦੇ ਕੇ ਰੱਬ ਕੋਲ ਕੰਮ ਕਰਾਉਣਾ ਚਾਹੁੰਦੇ ਹਾਂ, ਉਹ ਵੀ ਨਕਲੀ ਰੱਬ ਕੋਲ। ਸੱਚਾ ਰੱਬ ਇਹੋ ਜਿਹੇ ਕੰਮ ਨਹੀਂ ਜੇ ਕਰਦਾ। ਅਤੇ ਦੂਜੀ ਗੱਲ ਇੱਕ ਹੋਰ ਬੋਲੀ ਜਾਂਦੀ ਹੈ, ਉਹ ਕੀ ਬੋਲਿਆ ਜਾਂਦਾ, ਉਹ ਇਹ ਗੱਲ ਕਹੀ ਜਾਂਦੀ, ਰੱਬ ਜੀ ਇਹਨੂੰ ਆਵਾਗਮਨ ਤੋਂ ਬਚਾ ਲਿਓ। ਹੁਣ ਕਿੱਡੀ ਕਮਾਲ ਦੀ ਗੱਲ ਹੈ ਵੀ ਆਵਾਗਮਨ ਤੋਂ ਬਚਾ ਲਿਓ, ਇਹ ਗੱਲ ਆਖੀ ਜਾਂਦੀ, ਪਰ ਬੰਦਾ ਆਵਾਗਮਨ 'ਚ ਪੈਂਦਾ ਕਦੋਂ ਹੈ, ਮਰਨ ਤੋਂ ਬਾਅਦ? ਗੁਰੂ ਸਾਹਿਬ ਨੇ ਆਖਿਆ ਵੀ ਇਹ ਗੱਲ ਤਾਂ ਕਨਫਰਮ ਨਹੀਂ ਵੀ ਬੰਦਾ ਮਰਨ ਤੋਂ ਬਾਅਦ ਜੂਨਾ ਦੇ ਅੰਦਰ ਭਟਕਦਾ ਹੈ ਜਾਂ ਨਹੀਂ ਭਟਕਦਾ। ਉਹ ਤਾਂ ਕਦੋਂ ਪਤਾ ਲੱਗੇਗਾ, ਜਦੋਂ ਬੰਦਾ ਮਰੇਗਾ, ਤਾਂ ਹੀ ਪਤਾ ਲੱਗੇਗਾ ਨਾ ਜੀ। ਜਿਹੜਾ ਮਰ ਗਿਆ ਉਹ ਕਦੀ ਵਾਪਸ ਆਇਆ ਨਹੀਂ, ਅਤੇ ਜਿਹੜਾ ਮਰ ਗਿਆ ਉਹ ਕਦੀ ਵਾਪਸ ਨਹੀਂ ਆਇਆ, ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਅੱਗੇ ਇੱਦਾਂ ਹੈ ਅਤੇ ਅੱਗੇ ਇੱਦਾਂ? ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਨੇ ਆਖਿਆ ਵੀ ਅੱਗੇ ਪਿੱਛੇ ਦੀਆਂ ਬਾਤਾਂ 'ਤੇ ਪਤਾ ਨਹੀਂ, ਪਰ ਅਰਦਾਸਾਂ ਕੀਤੀਆਂ ਜਾ ਰਹੀਆਂ ਵੀ ਮਰਨ ਤੋਂ ਬਾਅਦ ਇਹਨੂੰ ਆਵਾਗਮਨ ਤੋਂ ਬਚਾ ਲਿਓ। ਗੁਰੂ ਸਾਹਿਬ ਨੇ ਆਖਿਆ ਮਰਨ ਤੋਂ ਬਾਅਦ ਦੀਆਂ ਗੱਲਾਂ ਛੱਡ ਭਲਿਆ, ਪਹਿਲਾਂ ਇਹ ਵੇਖ ਕਿਤੇ ਹੁਣ ਤਾਂ ਨਹੀਂ ਆਵਾਗਮਨ ਦੇ ਵਿੱਚ ਪਿਆ ਹੋਇਆ। ਤੂੰ ਕਹਿੰਦਾ ਨਾ ਵੀ ਆਵਾਗਮਨ ਤੋਂ ਬਚਾ ਲਿਓ, ਆਵਾਗਮਨ ਤੋਂ ਬਚਣਾ ਹੈ ਅਤੇ ਜਿਉਂਦੇ ਜੀ ਬਚ, ਕਿਉਂਕਿ ਤੂੰ ਹੁਣ ਵੀ ਆਵਾਗਮਨ ਦੇ ਵਿੱਚ ਹੀ ਪਿਆ ਹੋਇਆ। ਹੁਣ ਬਚ, ਹੁਣ ਤੂੰ ਆਵਾਗਮਨ ਦੇ ਵਿੱਚ ਆਪਣੀ ਜਿੰਨੀ ਵੀ ਜ਼ਿੰਦਗੀ ਭੋਗੀ, ਕਿਸੇ ਨੇ 60 ਸਾਲ, ਕਿਸੇ ਨੇ 70 ਸਾਲ, ਕਿਸੇ ਨੇ 80 ਸਾਲ, ਕਿਸੇ ਨੇ 50 ਸਾਲ, ਇਹ ਜਿੰਨੀ ਜ਼ਿੰਦਗੀ ਭੋਗੀ ਇਹ ਆਵਾਗਮਨ 'ਚ ਪੈ ਕੇ ਤੇਰੀ ਨਿਕਲ ਗਈ, ਅਤੇ ਹੁਣ ਤੂੰ ਫਿਰ ਜਦੋਂ ਮਰ ਜਾਂਦਾ ਉਦੋਂ ਕਹਿੰਦਾ ਜੀ ਆਵਾਗਮਨ ਤੋਂ ਬਚਾ ਲਿਓ। ਪਰ ਗੁਰੂ ਸਾਹਿਬ ਨੇ ਆਖਿਆ ਉਹ ਭਲਿਆ, ਬਾਅਦ ਦੀਆਂ ਗੱਲਾਂ ਤਾਂ ਬਾਅਦ 'ਚ ਕਰਾਂਗੇ, ਪਹਿਲਾਂ ਹੁਣ ਦੀ ਗੱਲ ਕਰ, ਤੂੰ ਹੁਣ ਆਵਾਗਮਨ ਤੋਂ ਕਿਵੇਂ ਬਚ ਸਕਦਾ ਹੈ, ਕਿਉਂਕਿ ਤੂੰ ਹੁਣ ਵੀ ਆਵਾਗਮਨ ਦੇ ਵਿੱਚ ਹੀ ਪਿਆ ਹੋਇਆ। ਅੱਛਾ, ਬੰਦਾ ਕਿਵੇਂ ਪਿਆ ਫਿਰ ਆਵਾਗਮਨ ਦੇ ਵਿੱਚ? ਗੁਰੂ ਸਾਹਿਬ ਨੇ ਨਾ ਸ਼ਲੋਕ ਸਹਿਸਕ੍ਰਿਤੀ ਦੀ ਪਾਵਨ ਬਾਣੀ ਦੇ ਵਿੱਚ ਬਿਆਨ ਕੀਤੀ ਇਹ ਵਿਚਾਰ। ਪਾਤਸ਼ਾਹ ਜੀ ਕਹਿੰਦੇ ਗੁਰ ਮੰਤਰ ਹਿਣਸੇ ਜੋ ਪ੍ਰਾਣੀ, ਜਿਹੜਾ ਵੀ ਪ੍ਰਾਣੀ, ਜਿਹੜਾ ਵੀ ਮਨੁੱਖ ਗੁਰੂ ਦੀ ਸਿੱਖਿਆ ਤੋਂ ਹੀਣਾ, ਗੁਰੂ ਦੀ ਵਿਚਾਰਧਾਰਾ ਤੋਂ ਸੱਖਣਾ, ਗੁਰ ਮੰਤਰ ਹਿਣਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਿਸ਼ਟਣ ਹੈ, ਉਹਦਾ ਇਹ ਜੀਵਨ ਜਿਹੜਾ ਹੈ ਨਾ ਉਹ ਧਿਕਾਰ ਯੋਗ ਹੈ, ਉਹ ਫਿਟਕਾਰ ਯੋਗ ਹੈ। ਲੱਖ ਲਾਹਨਤ ਉਸ ਜੀਵਨ ਦੇ ਉੱਤੇ, ਕਿਉਂ? ਕਿਉਂਕਿ ਉਸ ਮਨੁੱਖ ਦੇ ਕੋਲ ਸੱਚ ਦੀ ਵਿਚਾਰ ਨਹੀਂ ਹੈ। ਗੁਰਮੰਤਰ ਹਿਣਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਿਸ਼ਟਣ ਹੈ, ਕਹਿੰਦੇ ਉਹ ਫਿਰ ਨਾ ਜਿਉਂਦੇ ਜੀ ਜੂਨਾਂ 'ਚ ਪਿਆ ਹੋਇਆ। ਕਿਹੜੀਆਂ ਕਿਹੜੀਆਂ ਜੂਨਾਂ 'ਚ? ਕੂਕਰ ਹੈ, ਸੂਕਰ ਹੈ, ਗਰਦਬ ਹੈ, ਕਾਕਾ ਹੈ, ਸਰਪਨ ਹੈ, ਤੁਲਖਲ ਹੈ। ਕਹਿੰਦੇ ਉਹ ਬੰਦਾ ਜਿਉਂਦੇ ਜੀ ਕੂਕਰ ਹੈ, ਭਾਵ ਕੁੱਤਾ ਬਣਿਆ ਹੋਇਆ, ਮਨ ਕਰਕੇ, ਸਰੀਰ ਕਰਕੇ ਇਨਸਾਨ ਹੀ ਦਿਸ ਰਿਹਾ, ਸਰੀਰ ਕਰਕੇ ਮਨੁੱਖ ਹੀ ਨਜ਼ਰ ਆ ਰਿਹਾ। ਪਰ ਪਾਤਸ਼ਾਹ ਨੇ ਆਖਿਆ ਕਿਉਂਕਿ ਇਹਦੇ ਕੋਲ ਗੁਰੂ ਦੀ ਸਿੱਖਿਆ ਨਹੀਂ ਨਾ, ਇਹ ਮਨ ਕਰਕੇ ਕੁੱਤਾ ਬਣ ਗਿਆ। ਕੁੱਤਾ ਲਾਲਚੀ ਹੁੰਦਾ ਨਾ ਜੀ, ਕੁੱਤਾ ਲਾਲਚੀ ਹੁੰਦਾ ਨਾ ਜੀ, ਬੰਦਾ ਲਾਲਚੀ ਹੁੰਦਾ ਕਿ ਨਹੀਂ ਹੁੰਦਾ ਦੱਸੋ ਜੀ, ਹੁੰਦਾ ਨਾ? ਹੁਣ ਜਦੋਂ ਬੰਦਾ ਲਾਲਚੀ ਹੋ ਗਿਆ, ਗੁਰੂ ਸਾਹਿਬ ਨੇ ਆਖਿਆ ਵੀ ਹੁਣ ਤੂੰ ਨਾ ਇਨਸਾਨ ਰਹਿ ਨਹੀਂ ਗਿਆ, ਹੁਣ ਤੂੰ ਮਨੁੱਖ ਰਹਿ ਨਹੀਂ ਗਿਆ, ਹੁਣ ਤੂੰ ਕੌਣ ਹੋ ਗਿਆ ਬੋਲੋ ਜੀ, ਬੋਲ ਕੇ ਦੱਸ ਦਿਓ, ਹੁਣ ਕੁੱਤਾ ਬਣ ਗਿਆ, ਹੁਣ ਕੂਕਰ ਬਣ ਗਿਆ, ਮਨ ਕਰਕੇ ਕੂਕਰ ਬਣਿਆ ਹੋਇਆ, ਕਿਉਂਕਿ
ਬਿਰਤੀ ਜਿਹੜੀ ਕੁੱਤੇ ਦੀ ਹੈ ਉਹੀ ਤੇਰੇ ਅੰਦਰ ਆ ਗਈ, ਜਿਹੜੀ ਵਿਚਾਰਧਾਰਾ ਉਹਦੇ ਕੋਲ ਹੈ ਉਹੀ ਤੇਰੇ ਕੋਲ ਹੈ, ਉਹ ਲਾਲਚੀ ਹੈ, ਲਾਲਚ ਵਾਲੀ ਵਿਚਾਰਧਾਰਾ ਉਹਨੇ ਪਕੜੀ ਹੋਈ ਹੈ, ਅਤੇ ਭਲਿਆ ਤੂੰ ਵੀ ਤਾਂ ਉਹੀ ਫੜ ਕੇ ਬਹਿ ਗਿਆ। ਆ ਜਿਹੜੇ ਮੂੰਹੋਂ ਮੰਗ ਕੇ ਦਹੇਜ ਲੈਂਦੇ ਨੇ, ਬੇਈਮਾਨੀਆਂ ਕਰਦੇ ਨੇ, ਠੱਗੀਆਂ ਮਾਰਦੇ, ਕਿਉਂ ਕਰਦੇ ਨੇ? ਲਾਲਚ ਕਰਕੇ ਤਾਂ ਕਰਦੇ ਨੇ। ਗੁਰੂ ਸਾਹਿਬ ਨੇ ਆਖਿਆ ਵੀ ਜਿੱਥੇ ਵੀ ਭਲਿਆ ਤੇਰੇ ਅੰਦਰ ਲਾਲਚ ਆ ਕੇ ਖੜਦਾ ਹੈ ਨਾ, ਸਮਝ ਲਈ ਉਦੋਂ ਤੂੰ ਮਨ ਕਰਕੇ ਕੂਕਰ ਬਣ ਜਾਂਦਾ, ਲੈ ਪੈ ਗਿਆ ਜੂਨ ਦੇ ਵਿੱਚ, ਇੱਥੋਂ ਬਚ ਕੇ ਵਿਖਾ। ਹੁਣ ਦੂਜੇ ਨੰਬਰ ਦੇ ਉੱਤੇ ਕੂਕਰ ਹੈ, ਸੂਕਰ ਹੈ, ਸੂਅਰ, ਸੂਅਰ ਗੰਦਗੀ 'ਚ ਮੂੰਹ ਮਾਰਦਾ, ਵੇਖਿਆ ਨਾ ਤੁਸੀਂ ਸੂਅਰ, ਸੂਅਰ ਗੰਦਗੀ 'ਚ ਮੂੰਹ ਮਾਰਦਾ, ਬੰਦਾ ਨਹੀਂ ਗੰਦਗੀ 'ਚ ਮੂੰਹ ਮਾਰਦਾ। ਸ਼ਰਾਬ ਕੀ ਹੈ ਦੱਸੋ ਜੀ? ਗੰਦਗੀ ਹੈ ਨਾ। ਸਿਗਰਟ ਕੀ ਹੈ? ਗੰਦਗੀ ਹੈ ਨਾ। ਬੰਦਾ ਵੀ ਤਾਂ ਇੱਥੇ ਮੂੰਹ ਮਾਰੀ ਜਾਂਦਾ। ਗੁਰੂ ਸਾਹਿਬ ਨੇ ਆਖਿਆ ਜਦੋਂ ਸੂਅਰ ਵਾਲੇ ਕੰਮ ਭਲਿਆ ਤੂੰ ਕਰਨੇ ਸ਼ੁਰੂ ਕਰ ਦਿੱਤੇ, ਤੂੰ ਵੀ ਗੰਦ 'ਚ ਮੂੰਹ ਮਾਰਨਾ ਸ਼ੁਰੂ ਕਰ ਦਿੱਤਾ, ਤਾਂ ਦੱਸ ਹੁਣ ਤੈਨੂੰ ਮਨੁੱਖ ਕਹੀਏ ਜਾਂ ਸੂਅਰ ਕਹੀਏ? ਵੇਖੋ ਮੈਂ ਨਹੀਂ ਕਹਿ ਰਿਹਾ, ਹੁਣ ਮੈਂ ਕਿਸੇ ਨੂੰ ਆਖਾਂ ਵੀ ਤੂੰ ਸੂਅਰ ਹੈ ਭਰਾਵਾ, ਅਗਲਾ ਮੇਰੇ 'ਤੇ ਗੁੱਸਾ ਕਰੇਗਾ। ਪਰ ਇਹ ਕੌਣ ਕਹਿ ਰਿਹਾ? ਧੰਨ ਗੁਰੂ ਅਰਜਨ ਸਾਹਿਬ ਜੀ ਗੁਰਬਾਣੀ 'ਚ ਕਹਿ ਰਹੇ ਨੇ, ਕੂਕਰ ਹੈ, ਸੂਕਰ ਹੈ, ਗਰਦਬ ਹੈ, ਗਧਾ। ਹੁਣ ਗਧਾ ਜਿਹੜਾ ਉਹਦਾ ਕੀ ਹਿਸਾਬ ਹੁੰਦਾ? ਗਧੇ 'ਤੇ ਭਾਰ ਲੱਦਿਆ ਜਾਂਦਾ, ਉਹ ਭਾਰ ਹੀ ਢੋਈ ਜਾਂਦਾ ਸਾਰੀ ਜ਼ਿੰਦਗੀ। ਕਹਿੰਦੇ ਬੰਦਾ ਵੀ ਨਾ ਕਈ ਵਾਰ ਗਧੇ ਵਰਗਾ ਹੋ ਜਾਂਦਾ ਹੈ, ਇਹ ਵੀ ਵਹਿਮਾਂ ਭਰਮਾਂ ਕਰਮ ਕਾਂਡਾਂ ਦਾ ਭਾਰ ਹੀ ਢੋਈ ਜਾਂਦਾ ਸਾਰੀ ਜ਼ਿੰਦਗੀ। ਇਹਨੂੰ ਕਦੀ ਦੱਸੋ ਨਾ ਵੀ ਭਲਿਆ ਗੁਰੂ ਆਹ ਕਹਿੰਦਾ, ਗੁਰੂ ਤੇਰਾ ਭਾਰ ਉਤਾਰਨਾ ਚਾਹੁੰਦਾ। ਇਹ ਕਹਿੰਦਾ ਨਹੀਂ ਜੀ, ਮੈਂ ਤਾਂ ਸਾਰੀ ਜ਼ਿੰਦਗੀ ਭਾਰ ਇੱਦਾਂ ਹੀ ਢੋਵਾਂਗਾ, ਮੈਨੂੰ ਜੋਛੀ ਚੰਗਾ ਲੱਗਦਾ, ਮੈਨੂੰ ਪਾਂਧਾ ਚੰਗਾ ਲੱਗਦਾ, ਮੈਨੂੰ ਵਹਿਮ ਭਰਮ ਕਰਮ ਕਾਂਡ ਮਨ ਮਤਾਂ ਮੈਨੂੰ ਇਹ ਵਿਕਾਰ ਚੰਗੇ ਲੱਗਦੇ, ਉਹ ਇਹਨਾਂ ਦਾ ਭਾਰ ਹੀ ਢੋਈ ਜਾਂਦਾ ਸਾਰੀ ਜ਼ਿੰਦਗੀ। ਕਹਿੰਦੇ ਗਧਾ ਬਿਰਤੀ ਇਹਦੀ ਬਣੀ ਪਈ ਹੈ, ਲਓ ਜੂਨਾਂ 'ਚ ਪਿਆ ਹੋਇਆ। ਕੂਕਰ ਹੈ, ਸੂਕਰ ਹੈ, ਗਰਦ ਬੈ ਕੱਕ ਹੈ, ਕਾਂ, ਹੁਣ ਕਾਂ ਜਿਹੜਾ, ਕਾਂ ਦੀ ਕਾਂ ਕਾਂ ਜਿਹੜੀ ਹੈ ਨਾ ਉਹ ਲੋਕਾਂ ਨੂੰ ਚੰਗੀ ਨਹੀਂ ਲੱਗਦੀ, ਪਰ ਕੋਇਲ ਦੀ ਆਵਾਜ਼ ਹਰ ਕਿਸੇ ਨੂੰ ਚੰਗੀ ਲੱਗਦੀ ਹੈ। ਹੁਣ ਬੰਦਾ ਵੀ ਤਾਂ ਕਈ ਵਾਰੀ ਕਾਂ ਬਣ ਹੀ ਜਾਂਦਾ ਜਦੋਂ ਜ਼ੁਬਾਨ ਤੋਂ ਭੈੜੇ ਬੋਲ ਬੋਲਦਾ, ਖਰਵੇ ਬੋਲ ਬੋਲਦਾ, ਜਿਹਦੇ ਨਾਲ ਇਹ ਕਿਸੇ ਦਾ ਦਿਲ ਦੁਖਾ ਦਿੰਦਾ, ਜਦੋਂ ਗੁੱਸੇ ਦੇ ਵਿੱਚ ਬੋਲਦਾ, ਜਦੋਂ ਮਾੜੀ ਸ਼ਬਦਾਵਲੀ ਬੋਲਦਾ, ਜਦੋਂ ਇਹ ਗਾਲਾਂ ਕੱਢਦਾ। ਗੁਰੂ ਸਾਹਿਬ ਨੇ ਆਖਿਆ ਭਲਿਆ ਜਦੋਂ ਤੂੰ ਇਹੋ ਜਿਹੀ ਹਰਕਤਾਂ ਕਰਦਾ ਹੈ ਨਾ, ਆਪਣੇ ਆਪ ਨੂੰ ਇਨਸਾਨ ਨਾ ਸਮਝੀ, ਆਪਣੇ ਆਪ ਨੂੰ ਮਨੁੱਖ ਨਾ ਸਮਝੀ, ਤੂੰ ਉਸ ਸਮੇਂ ਕਾਂ ਬਣਿਆ ਪਿਆ, ਕਿਉਂਕਿ ਕਾਂ ਵਾਲੀਆਂ ਚੀਜ਼ਾਂ 'ਤੇ ਤੂੰ ਕਰੀ ਜਾਂਦਾ ਸਰਵ, ਤੂੰ ਉਸ ਸਮੇਂ ਕਾਂ ਬਣ ਗਏ। ਅੱਗੇ ਲਾਸਟ ਕਹਿੰਦੇ ਸਰਪ ਨੇ, ਸੱਪ। ਹੁਣ ਸੱਪ ਦਾ ਕੀ ਹੈ? ਸੱਪ ਨੂੰ ਕੋਈ ਤੰਗ ਕਰੇ ਨਾ, ਸੱਪ ਨੂੰ ਡੰਗ ਮਾਰਨ ਵੱਲ ਦੌੜਦਾ। ਸੱਪ ਜਿਹੜਾ ਹੈ ਨਾ, ਮੈਂ ਉਹਦੇ ਬਾਰੇ 'ਚ ਇੱਕ ਥਾਂ ਦੇ ਉੱਤੇ ਪੜ੍ਹਦਾ ਪਿਆ ਸੀਗਾ, ਸੱਪ ਨੂੰ ਜਦੋਂ ਉਹਦੇ ਅੰਦਰਲਾ ਜ਼ਹਿਰ ਤੰਗ ਕਰਦਾ ਨਾ, ਉਹ ਆਪਣੀ ਫਨ ਨੂੰ ਜ਼ੋਰ ਜ਼ੋਰ ਦੀ ਪੱਥਰ ਦੇ ਉੱਤੇ ਮਾਰਦਾ, ਜਦੋਂ ਉਹਨੂੰ ਅੰਦਰਲਾ ਜ਼ਹਿਰ ਉਹਦਾ ਤੰਗ ਕਰਦਾ। ਦੇਖੋ ਸੇਮ ਹਿਸਾਬ ਬੰਦੇ ਦਾ ਵੀ ਹੈ, ਬੰਦੇ ਨੂੰ ਵੀ ਜਦੋਂ ਅੰਦਰਲਾ ਜ਼ਹਿਰ ਤੰਗ ਕਰਦਾ ਹੋਵੇ ਨਾ, ਕ੍ਰੋਧ ਦਾ ਜ਼ਹਿਰ ਅੰਦਰਲਾ ਜ਼ਹਿਰ ਤੰਗ ਕਰਦਾ ਪਿਆ, ਉਦੋਂ ਇਹ ਵੀ ਆਪਣਾ ਹੀ ਨੁਕਸਾਨ ਕਰੀ ਜਾਏਗਾ। ਗੁੱਸਾ ਚੜਿਆ ਹੋਇਆ ਬੰਦੇ ਨੂੰ, ਆਪਣੇ ਘਰ ਆਇਆ, ਆਪਣਾ ਟੀ ਵੀ ਤੋੜ ਛੱਡਿਆ, ਜਿਸ ਨਿਆਣੇ ਨੂੰ ਇੰਨਾ ਪਿਆਰ ਕਰਦਾ ਉਹਦੇ ਵਿੱਚ ਚਪੇੜ ਲਾ ਦਿੰਦਾ ਗੁੱਸੇ ਦੇ ਵਿੱਚ, ਕਿਉਂਕਿ ਪਤਾ ਨਹੀਂ ਲੱਗਦਾ। ਇੱਥੇ ਜਦੋਂ ਅੰਦਰਲਾ ਜ਼ਹਿਰ ਤੰਗ ਕਰਦਾ, ਭਰਾ ਭਰਾ ਦਾ ਦੁਸ਼ਮਣ ਹੋ ਜਾਂਦਾ, ਪਿਓ ਪੁੱਤ ਦਾ ਦੁਸ਼ਮਣ ਹੋ ਜਾਂਦਾ, ਕਿਉਂ? ਅੰਦਰਲਾ ਕ੍ਰੋਧ ਰੂਪੀ ਜ਼ਹਿਰ ਜਿਹੜਾ ਹੈ ਉਹ ਤੰਗ ਕਰਦਾ ਪਿਆ। ਕੂਕਰ ਹੈ, ਸੂਕਰ ਹੈ, ਗਰਦਬ ਹੈ, ਕੱਕ ਹੈ, ਸਰਪਨ ਹੈ, ਤੁਲ ਖਲ ਹੈ, ਖਲੇ ਦਾ ਮਤਲਬ ਹੁੰਦਾ ਮੂਰਖ। ਗੁਰੂ ਸਾਹਿਬ ਕਹਿੰਦੇ ਉਹ ਮੂਰਖ ਮਨੁੱਖਾ
ਤੂੰ ਕਹਿੰਦਾ ਮਰਨ ਤੋਂ ਬਾਅਦ ਤੇਰਾ ਆਵਾਗਮਨ ਕੱਟਿਆ ਜਾਏ, ਪਹਿਲਾਂ ਹੁਣ ਤਾਂ ਕਟਾ ਲੈ, ਤੂੰ ਹੁਣ ਹੀ ਸਾਰੀਆਂ ਜੂਨਾਂ ਦੇ ਵਿੱਚ ਪਿਆ ਹੋਇਆ ਇੱਥੇ। ਦੱਸੋ ਜੀ ਹੁਣ ਮਰਨ ਤੋਂ ਬਾਅਦ ਅਰਦਾਸ ਕੀਤੀ ਜਾਵੇ ਜਾਂ ਹੁਣੇ ਕਰਨੀ ਜੇ, ਵੀ ਆਵਾਗਮਨ ਤੋਂ ਬਚਾ ਲਓ, ਹੁਣੇ ਕਰਨ ਦੀ ਲੋੜ ਹੈ ਨਾ, ਅੱਜ ਗਿਆਨ ਲੈਣ ਦੀ ਲੋੜ ਹੈ, ਅੱਜ ਸੱਚੇ ਗੁਰੂ ਨਾਲ ਜੁੜਨ ਦੀ ਲੋੜ ਹੈ। ਜਦੋਂ ਅਸੀਂ ਗੁਰੂ ਨਾਲ ਜੁੜਦੇ ਹਾਂ ਨਾ, ਜਦੋਂ ਅਸੀਂ ਸਾਧ ਸੰਗਤ ਕਰਦੇ ਹਾਂ, ਸਾਧੂ ਗੁਰੂ ਦਾ ਜਦੋਂ ਸੰਗ ਕਰਦੇ ਹਾਂ, ਪਾਤਸ਼ਾਹ ਸਾਨੂੰ ਇੱਕ ਨਵਾਂ ਜਨਮ ਦਿੰਦੇ ਨੇ, ਜਿਹਦੇ ਬਾਰੇ 'ਚ ਆਖਿਆ ਸਾਧ ਸੰਗ ਭਇਓ ਜਨਮ ਪ੍ਰਾਪਤ। ਜਦੋਂ ਸਾਧੂ ਗੁਰੂ ਦਾ, ਬਾਣੀ ਗੁਰੂ ਦਾ ਜਦੋਂ ਆਪਾਂ ਸੰਗ ਕਰਦੇ ਹਾਂ, ਕੀ ਹੁੰਦਾ, ਇੱਕ ਨਵਾਂ ਜਨਮ ਮਿਲਦਾ। ਨਵਾਂ ਜਨਮ ਇੱਕ ਜਨਮ ਤਾਂ ਮਾਤਾ ਪਿਤਾ ਦੇ ਜ਼ਰੀਏ ਮਿਲ ਗਿਆ ਸਾਨੂੰ, ਪਰ ਇੱਕ ਜਨਮ ਹੋਰ ਮਿਲਣਾ। ਹਜੇ ਤੱਕ ਅਸੀਂ ਜਾਨਵਰ ਬਣੇ ਸੀ, ਮਨ ਕਰਕੇ ਪੰਛੀ ਬਣੇ ਸੀ, ਜਦੋਂ ਅਸੀਂ ਸੱਚੇ ਗੁਰੂ ਨਾਲ ਜੁੜਦੇ ਹਾਂ ਫਿਰ ਗੁਰੂ ਸਾਨੂੰ ਅੰਦਰੋਂ ਵੀ ਮਨੁੱਖ ਬਣਾ ਦਿੰਦਾ, ਕਿਉਂਕਿ ਸਾਨੂੰ ਇਨਸਾਨੀਅਤ ਸਿਖਾ ਦਿੰਦਾ, ਸਾਨੂੰ ਸੱਚ ਦੀ ਵਿਚਾਰ ਜਿਹੜੀ ਹੈ ਉਹ ਫਿਰ ਸਮਝ ਆ ਜਾਂਦੀ ਹੈ। ਇਸ ਕਰਕੇ ਅਰਦਾਸ ਅੱਜ ਕਰੀਏ, ਗੁਰੂ ਸਾਹਿਬ ਸਾਨੂੰ ਆਪਣੇ ਚਰਨਾਂ 'ਚ ਨਿਵਾਸ ਦਿਓ, ਅਰਦਾਸ ਅੱਜ ਕਰੀਏ। ਮੈਂ ਆਪਣੇ ਵਾਸਤੇ ਆਪ ਅਰਦਾਸ ਕਰਾਂ, ਗੁਰੂ ਸਾਹਿਬ ਮੇਰਾ ਆਵਾਗਮਨ ਕੱਟ ਦਿਓ। ਅਤੇ ਅਰਦਾਸ ਕਰਨ ਦਾ ਮਤਲਬ ਕੇਵਲ ਇਹਨਾਂ ਲਿਓ ਵੀ ਇੱਥੇ ਖੜ੍ਹ ਕੇ ਮੈਂ ਬੋਲਦਿਆਂ ਵੀ ਮੈਨੂੰ ਚਰਨਾਂ 'ਚ ਨਿਵਾਸ ਦੇ ਦਿਓ, ਮੇਰਾ ਆਵਾਗਮਨ ਕੱਟ ਦਿਓ ਅਤੇ ਗੱਲ ਬਣ ਜਾਏਗੀ, ਨਹੀਂ। ਕੇਵਲ ਕਹਿਣ ਨਾਲ ਗੱਲ ਨਹੀਂ ਬਣਨੀ, ਉਹਦੇ ਵਾਸਤੇ ਉੱਦਮ ਕਰਨਾ ਪੈਣਾ, ਆਪ ਬਾਣੀ ਨੂੰ ਪੜ੍ਹਨਾ ਪੈਣਾ, ਆਪ ਬਾਣੀ ਨੂੰ ਵਿਚਾਰਨਾ ਪੈਣਾ, ਜੀਵਨ 'ਚ ਕਮਾਉਣਾ ਪੈਣਾ। ਜਦੋਂ ਅਸੀਂ ਇਹ ਸਟੈਪ ਚੱਕਦੇ ਹਾਂ ਨਾ, ਆਪ ਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਕਮਾਉਂਦੇ ਹਾਂ, ਫਿਰ ਸਾਨੂੰ ਇੱਥੇ ਹੀ ਚਰਨਾਂ 'ਚ ਨਿਵਾਸ ਮਿਲ ਜਾਣਾ, ਇੱਥੇ ਹੀ ਸਾਡਾ ਆਵਾਗਮਨ ਕੱਟਿਆ ਜਾਣਾ, ਫਿਰ ਮਰਨ ਤੋਂ ਬਾਅਦ ਦੀਆਂ ਗੱਲਾਂ ਤੇ ਬਾਅਦ ਵੇਖੀ ਜਾਏਗੀ। ਕਿਉਂਕਿ ਗੁਰੂ ਸਾਹਿਬ ਨੇ ਆਖਿਆ ਭਲਿਆ ਜੇ ਤੇਰਾ ਅੱਜ ਚੰਗਾ ਹੈ ਨਾ, ਫਿਰ ਸਭ ਕੁਛ ਚੰਗਾ, ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ। ਜੇ ਤੇਰਾ ਹੁਣ ਵਾਲਾ ਸੈਕਿੰਡ ਵਧੀਆ ਹੈ, ਤੇਰਾ ਅਗਲਾ ਸੈਕਿੰਡ ਆਪੇ ਹੀ ਵਧੀਆ ਹੋਵੇਗਾ। ਲੋਕ ਕੀ ਹੈ? ਮੇਰਾ ਹੁਣ ਵਾਲਾ ਸੈਕਿੰਡ। ਪਰ ਲੋਕ ਕੀ ਹੈ? ਮੇਰਾ ਅਗਲਾ ਸੈਕਿੰਡ। ਜੇ ਮੇਰਾ ਹੁਣ ਵਾਲਾ ਸੈਕਿੰਡ ਵਧੀਆ, ਮੈਂ ਹੁਣ ਰੱਬ ਨਾਲ ਜੁੜਿਆ, ਤੇ ਅਗਲਾ ਸੈਕਿੰਡ ਮੇਰਾ ਆਟੋਮੈਟਿਕਲੀ ਚੰਗਾ ਹੋ ਗਿਆ। ਪਰ ਜੇ ਮੇਰਾ ਹੁਣ ਵਾਲਾ ਸੈਕਿੰਡ ਮਾੜਾ, ਤੇ ਅਗਲਾ ਸੈਕਿੰਡ ਆਪੇ ਹੀ ਮਾੜਾ ਹੋਏਗਾ। ਇਸ ਕਰਕੇ ਅੱਜ ਲੋੜ ਹੈ ਕਿ ਗੁਰੂ ਦਾ ਗਿਆਨ ਲੈ ਕੇ ਅਸੀਂ ਆਪਣੇ ਜੀਵਨ ਨੂੰ ਸਵਾਰੀਏ, ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਕੇ ਸੱਚੇ ਗੁਰੂ ਦੇ ਰਾਹ ਦੇ ਉੱਤੇ ਤੁਰੀਏ, ਤਾਂ ਜੋ ਇਹ ਸਾਡਾ ਜੀਵਨ ਸਵਰ ਸਕੇ।